ਸਾਡੇ ਆਪਰੇਟਰਾਂ ਦੇ ਉੱਤੇ ਮਹਾਰਾਜ ਤਾਰਾਂ ਕੱਟੀਆਂ ਜਾ ਰਹੀਆਂ ਔਰ ਸਾਡੀ ਜਿਹੜੀ ਹੈਗੀ ਹੈ ਮੈਨੇਜਮੈਂਟ ਉਹਨਾਂ ਉੱਤੇ ਨਜਾਇਜ਼, ਕੋਈ ਦਿੱਲੀ ਬੈਠਾ, ਕੋਈ ਹਿਮਾਚਲ 'ਚ ਬੈਠਾ, ਬਾਹਰ ਬੈਠਿਆਂ ਦੇ ਉੱਤੇ ਪਰਚੇ ਕਰ ਰਹੇ ਆ। ਜਿਨ੍ਹਾਂ ਦੇ ਚਾਰ ਚਾਰ ਪਰਚੇ ਹੋਏ ਆ ਉਹ ਚੌਂਕਾਂ 'ਚ ਘੁੰਮਦੇ ਫਿਰਦੇ ਆ, ਅਤੇ ਜਿਹੜੇ ਦਫ਼ਤਰਾਂ 'ਚ ਬੈਠੇ ਆ ਜਾਂ ਆਪਣਾ ਸਾਡੇ ਮਕੈਨਿਕ ਕੰਮ ਕਰਦੇ ਉਹਨਾਂ ਦੀ ਫੋਟੋ ਖਿੱਚ ਕੇ ਪਾ ਦਿੰਦੇ ਆ ਵੀ ਆਹ ਸਾਡੀਆਂ ਨਜਾਇਜ਼ ਤਾਰਾਂ ਵੱਢ ਦਿੰਦੇ, ਉਹਨਾਂ ਦੇ ਪਰਚੇ ਨਜਾਇਜ਼ ਬਣਾਈ ਜਾਂਦੇ ਆ। ਇਹ ਇਹ ਸਰਕਾਰ ਦਾ ਪ੍ਰੈਸ਼ਰ ਹੈ ਜੀ, ਸਰਕਾਰ ਤੋਂ ਬਗੈਰ ਤਾਂ ਪਤਾ ਨਹੀਂ ਹਿੱਲ ਸਕਦਾ। ਅਤੇ ਕੋਈ ਕਿੱਦਾਂ ਤਿੰਨ ਤਿੰਨ ਪਰਚੇ ਹੋ ਜਾਂਦੇ ਬਾਵਜੂਦ ਵੀ ਸਾਡੀਆਂ ਉਹ ਤਾਰਾਂ ਕੱਢੇ ਅਤੇ ਪੁਲਿਸ ਉਹਨਾਂ 'ਤੇ ਕਾਰਵਾਈ ਨਾ ਕਰੇ, ਉਹ ਛਰੇਆਮ ਗੁੰਡੇ ਵਾਂਗੂ ਸੜਕਾਂ 'ਤੇ ਦਰ ਦਨਾਉਂਦੇ ਫਿਰਦੇ ਆ, ਨਾਲੇ ਸਰਕਾਰ ਦਾ ਨਾਂ ਲੈ ਕੇ ਸਾਨੂੰ ਨਜਾਇਜ਼ ਧਮਕੀਆਂ ਦਿੰਦੇ ਆ। ਸਾਡਾ ਜਿਹੜਾ 40 ਸਾਲ ਦਾ ਕੀਤਾ ਹੋਇਆ ਕਾਰੋਬਾਰ ਆ ਉਹਦੇ 'ਤੇ ਕਬਜ਼ਾ ਕਰਨ ਨੂੰ ਫਿਰਦੇ ਆ। ਸਾਡੀ ਰੋਜ਼ੀ ਰੋਟੀ ਖੋਈ ਜਾ ਰਹੀ ਆ, ਸਾਡੇ ਮਕੈਨਿਕਾਂ ਦੀ ਰੋਜ਼ੀ ਰੋਟੀ ਖੋਈ ਜਾ ਰਹੀ ਆ, ਸਾਡੇ ਸਾਨੂੰ ਕੰਮ ਤੋਂ ਬੇਕਾਰ ਕਰ ਦੇਣਾ ਚਾਹੁੰਦੇ ਆ। ਸਾਡਾ 40 ਸਾਲ ਦਾ ਕਿੱਤਾ ਕਾਇਮ ਕੀਤਾ ਹੋਇਆ ਅੱਜ ਚੰਦ ਦਿਨਾਂ ਦੇ ਵਿੱਚ ਆ ਕੇ ਸਰਕਾਰ ਦੇ ਜ਼ੋਰ ਦੇ ਉੱਤੇ ਆ ਕੇ ਸਾਡੇ ਕੋਲ ਦੂਸਰੇ ਬੰਦੇ ਸਾਡੀਆਂ ਤਾਰਾਂ ਕੱਢਦੇ ਆ ਅਤੇ ਪਰਚੇ ਸਾਡੇ ਬੰਦਿਆਂ ਦੀ ਹੋ ਰਹੇ ਆ, ਬੜੀ ਨਜਾਇਜ਼ ਹੋ ਰਹੀ ਸਾਡੇ ਨਾਲ, ਇਹ ਰੋਕਣਾ ਚਾਹੀਦਾ, ਸਾਨੂੰ ਕੰਮ ਕਰ ਦਿੱਤਾ ਜਾਵੇ। ਪੰਜਾਬ ਤੋਂ ਉੱਥੇ ਅੰਮ੍ਰਿਤਸਰ ਗੁਰੂ ਨਗਰ ਦੀ ਗੱਲ ਕੀਤੀ ਜਾਵੇ, ਕੇਵਲ ਆਪਰੇਟਰਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਕਿ ਪੁਲਿਸ ਦੇ ਲੋਕ ਧੱਕੇਸ਼ਾਹੀ ਦੇ ਨਾਲ ਜਿਹੜੇ ਪਰਚੇ ਕੀਤੇ ਜਾ ਰਹੇ ਨੇ, ਅਤੇ ਅੱਜ ਕੇਵਲ ਆਪਰੇਟਰਾਂ ਜਿਹੜੇ ਵਰਕਰ ਹੈਗੇ ਨੇ ਅਤੇ ਜਾਂ ਜਿਹੜੇ ਮੁਲਾਜ਼ਮ ਨੇ ਨੈੱਟ ਪਲੱਸ ਦੇ, ਉਹਨਾਂ ਦੇ ਅੱਜ ਅੰਮ੍ਰਿਤਸਰ ਕਚਹਿਰੀ ਚੌਂਕ ਦੇ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਝੂਠੇ ਪਰਚਿਆਂ ਨੂੰ ਲੈ ਕੇ ਸਰਕਾਰ ਦੇ ਲਈ ਅਤੇ ਪ੍ਰਸ਼ਾਸਨ ਵਾਰੀ ਜਿਹੜਾ ਕਿ ਰੋਡ ਪ੍ਰਦਰਸ਼ਨ ਕੀਤਾ ਜਾ ਰਿਹਾ। 46 ਤੋਂ 47 ਡਿਗਰੀ ਗਰਮੀ ਹੈਗੀ ਆ ਅਤੇ ਦੇਖ ਸਕਦੇ ਚਾਰੇ ਪਾਸੇ ਕੇਵਲ ਆਪਰੇਟਰਾਂ ਦੇ ਵੱਲੋਂ ਪੂਰਾ ਜਾਮ ਕਰ ਦਿੱਤਾ ਗਿਆ ਵਾ। ਉਹਨਾਂ ਦੇ ਕਿਹਾ ਜਾ ਰਿਹਾ ਕਿ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਅਤੇ ਸਰਕਾਰ ਦੇ ਵੱਲੋਂ ਤਾਨਾਸ਼ਾਹੀ ਕੀਤੀ ਜਾ ਰਹੀ ਹੈ ਇਹਨਾਂ ਕੇਵਲ ਆਪਰੇਟਰਾਂ ਦੇ ਨਾਲ, ਅਤੇ ਇੱਥੇ ਮੈਨੇਜਰ ਪਹੁੰਚੇ ਹੋਏ ਨੇ, ਕੇਵਲ ਆਪਰੇਟਰ ਪਹੁੰਚੇ ਹੋਏ ਨੇ, ਗੱਲਬਾਤ ਕਰਾਂਗੇ। ਭਾਜੀ ਸਭ ਤੋਂ ਆਪਣਾ ਨਾਮ ਦੱਸ। ਹਰਦਿਆਲ ਸਿੰਘ ਜੀ, ਚਾਹੋਗੇ ਜਿਹੜਾ ਕੇਵਲ ਆਪਰੇਟਰਾਂ ਨੂੰ ਧੱਕਾ। ਸਾਡੇ ਆਪਰੇਟਰਾਂ ਦੇ ਉੱਤੇ ਮਹਾਰਾਜ ਤਾਰਾਂ ਕੱਟੀਆਂ ਜਾ ਰਹੀਆਂ ਔਰ ਸਾਡੀ ਜਿਹੜੀ ਹੈਗੀ ਹੈ ਮੈਨੇਜਮੈਂਟ ਉਹਨਾਂ ਉੱਤੇ ਨਜਾਇਜ਼, ਕੋਈ ਦਿੱਲੀ ਬੈਠਾ, ਕੋਈ ਹਿਮਾਚਲ 'ਚ ਬੈਠਾ, ਬਾਹਰ ਬੈਠਿਆਂ ਦੇ ਉੱਤੇ ਪਰਚੇ ਕਰ ਰਹੇ ਆ। ਅਤੇ ਜਿਹੜੀਆਂ ਅਸੀਂ ਫੁਟੇਜ ਦਿੰਦੇ ਹਾਂ ਸਾਡਾ ਨੁਕਸਾਨ ਹੋਣ ਡਿਆ, ਉਹ ਫੁਟੇਜ ਵੇਖ ਕੇ ਐਫ ਆਰ ਉੱਤੇ ਜਿਹੜੇ ਜਿਨ੍ਹਾਂ ਦੇ ਚਾਰ ਚਾਰ ਪਰਚੇ ਹੋਏ ਆ ਉਹ ਚੌਂਕਾਂ 'ਚ ਘੁੰਮਦੇ ਫਿਰਦੇ ਆ, ਅਤੇ ਜਿਹੜੇ ਦਫ਼ਤਰਾਂ 'ਚ ਬੈਠੇ ਆ ਜਾਂ ਆਪਣਾ ਸਾਡੇ ਮਕੈਨਿਕ ਕੰਮ ਕਰਦੇ ਉਹਨਾਂ ਦੀ ਫੋਟੋ ਖਿੱਚ ਕੇ ਪਾ ਦਿੰਦੇ ਆ ਵੀ ਆਹ ਸਾਡੀਆਂ ਨਜਾਇਜ਼ ਤਾਰਾਂ ਵੱਢ ਦਿੰਦੇ, ਉਹਨਾਂ ਦੇ ਪਰਚੇ ਨਜਾਇਜ਼ ਬਣਾਈ ਜਾਂਦੇ ਆ। ਕੀ ਮਰ ਰਹੇ ਹੋ, ਸਰਕਾਰ ਦਾ ਪ੍ਰੈਸ਼ਰ ਜਾਂ ਪ੍ਰਸ਼ਾਸਨ? ਇਹ ਸਰਕਾਰ ਦਾ ਪ੍ਰੈਸ਼ਰ ਹੈ ਜੀ, ਸਰਕਾਰ ਤੋਂ ਬਗੈਰ ਤਾਂ ਪਤਾ ਨਹੀਂ ਹਿੱਲ ਸਕਦਾ। ਅਤੇ ਕੋਈ ਕਿੱਦਾਂ ਤਿੰਨ ਤਿੰਨ ਪਰਚੇ ਹੋ ਜਾਂਦੇ ਬਾਵਜੂਦ ਵੀ ਸਾਡੀਆਂ ਉਹ ਤਾਰਾਂ ਕੱਢੇ ਅਤੇ ਪੁਲਿਸ ਉਹਨਾਂ 'ਤੇ ਕਾਰਵਾਈ ਨਾ ਕਰੇ, ਉਹ ਛਰੇਆਮ ਗੁੰਡੇ ਵਾਂਗੂ ਸੜਕਾਂ 'ਤੇ ਦਰਦ ਦਨਾਉਂਦੇ ਫਿਰਦੇ ਆ, ਨਾਲੇ ਸਰਕਾਰ ਦਾ ਨਾਂ ਲੈ ਕੇ ਸਾਨੂੰ ਨਜਾਇਜ਼ ਧਮਕੀਆਂ ਦਿੰਦੇ ਆ। ਸਾਡਾ ਜਿਹੜਾ 40 ਸਾਲ ਦਾ ਕੀਤਾ ਹੋਇਆ ਕਾਰੋਬਾਰ ਆ ਉਹਦੇ 'ਤੇ ਕਬਜ਼ਾ ਕਰਨ ਨੂੰ ਫਿਰਦੇ ਆ। ਰੋਜ਼ੀ ਰੋਟੀ ਖੋਈ ਜਾ ਰਹੀ ਹੈ? ਬਿਲਕੁਲ, ਸਾਡੀ ਰੋਜ਼ੀ ਰੋਟੀ ਖੋਈ ਜਾ ਰਹੀ ਆ, ਸਾਡੇ ਮਕੈਨਿਕਾਂ ਦੀ ਰੋਜ਼ੀ ਰੋਟੀ ਖੋਈ ਜਾ ਰਹੀ ਆ, ਸਾਡਾ ਸਾਨੂੰ ਕੰਮ ਤੋਂ ਬੇਕਾਰ ਕਰ ਦੇਣਾ ਚਾਹੁੰਦੇ ਆ। ਸਾਡਾ 40 ਸਾਲ ਦਾ ਕਿੱਤਾ ਕਾਇਮ ਕੀਤਾ ਹੋਇਆ ਅੱਜ ਚੰਦ ਦਿਨਾਂ ਦੇ ਵਿੱਚ ਆ ਕੇ ਸਰਕਾਰ ਦੇ ਜ਼ੋਰ ਦੇ ਉੱਤੇ ਆ ਕੇ ਸਾਡੇ ਕੰਮ ਕਰ ਰਹੀ ਹੈ। ਆਮ ਲੋਕਾਂ ਦੀ ਸਰਕਾਰ ਹੈਗੀ, ਲੱਗਦਾ ਕਿ ਆਮ ਲੋਕਾਂ ਦੀ ਸਰਕਾਰ ਇਹ ਤਾਂ ਮਹਾਰਾਜ ਜਾਂਦੇ ਸੀ ਅੰਗਰੇਜ਼ ਕੰਮ ਕਰਨ ਆਉਣਗੇ, ਜਿਹੜੇ ਇੱਥੇ ਲੋਕਲ ਕੰਮ ਕਰਦੇ ਉਹਨਾਂ ਨੂੰ ਭੁੱਖਿਆਂ ਕਰਨ ਵਾਸਤੇ ਉਹਨਾਂ ਨਾਲ ਨਜਾਇਜ਼ ਕਰ ਰਹੇ ਆ। ਚੜਾ ਸਾਹਿਬ ਕਿੱਦਾਂ ਦੇਖ ਰਹੇ ਹੋ ਕਿ ਜਿਹੜਾ ਅੱਜ ਧੱਕੇਸ਼ਾਹੀ ਕੀਤੀ ਜਾ ਰਹੀ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ? ਦੇਖੋ, ਦੂਸਰੇ ਬੰਦੇ ਸਾਡੀਆਂ ਤਾਰਾਂ ਕੱਢਦੇ ਆ ਅਤੇ ਪਰਚੇ ਸਾਡੇ ਬੰਦਿਆਂ ਦੀ ਹੋ ਰਹੇ ਆ, ਬੜੀ ਨਜਾਇਜ਼ ਹੋ ਰਹੀ ਸਾਡੇ ਨਾਲ, ਇਹ ਰੋਕਣਾ ਚਾਹੀਦਾ, ਸਾਨੂੰ ਕੰਮ ਕਰ ਦਿੱਤਾ ਜਾਵੇ। ਧੱਕੇਸ਼ਾਹੀ ਤੁਹਾਡੇ ਵੱਲੋਂ CCTV ਵੀ ਦਿੱਤੀ ਗਈ ਆ, ਪਰ ਉਹਦੇ ਉੱਤੇ ਕਾਰਵਾਈ ਨਹੀਂ, ਤੁਹਾਡੀ ਉਲਟੀ ਪਰਚੇ ਕਾਰਵਾਈ ਉਹਨਾਂ 'ਤੇ ਕੋਈ ਨਹੀਂ ਹੋਣੀ, ਪਰਚੇ ਸਾਡੇ ਬੰਦਿਆਂ ਦੇ ਉਲਟੇ ਹੋਈ ਜਾਣ ਰਹੇ ਆ, ਉਸੇ ਪਿੱਛੇ ਅਸੀਂ ਆਏ ਸਾਰੇ ਇਕੱਠੇ ਹੋਏ ਹਾਂ। ਸਾਡੀ ਸੁਣਾਈ ਕੋਈ ਨਹੀਂ ਗੀ, ਇਹ ਤਾਂ ਚਾਹੀਦਾ ਗੌਰਮੈਂਟ ਨੂੰ ਨੌਕਰੀ ਕੋਈ ਨਹੀਂ, ਗੌਰਮੈਂਟ ਦੀ ਨੌਕਰੀ ਕੋਈ ਨਹੀਂ, ਸਭ ਬੇਕਾਰ ਹੋ ਰਹੇ ਆ ਸਾਰੇ ਕਾਰੋਬਾਰ ਦੇ ਵਿੱਚ, ਇਹ ਕਾਰੋਬਾਰ ਵੀ ਬੇਕਾਰ ਹੋ ਗਿਆ ਤਾਂ ਦੁਨੀਆ ਖਤਮ ਹੋ ਜਾਏਗੀ। ਧੱਕੇਸ਼ਾਹੀ ਕੀਤੀ ਜਾ ਰਹੀ? ਹਾਂ, ਕੇਵਲ ਧੱਕੇਸ਼ਾਹੀ ਕਰ ਰਹੀ ਗੌਰਮੈਂਟ। ਬਿਲਕੁਲ ਜੀ,
ਇਹ ਕਚਹਿਰੀ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਕੇਵਲ ਪ੍ਰਿੰਟ। ਬਿਲਕੁਲ ਜੀ, ਫਸਟ ਵੇ ਦੇ ਮੈਨੇਜਰ ਵੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਅਰੁਣ ਜੀ, ਕੀ ਧੱਕੇਸ਼ਾਹੀ ਜਿਹੜੀ ਕੀਤੀ ਜਾ ਰਹੀ, ਕਿਉਂਕਿ ਤੁਹਾਡੇ ਵੱਲੋਂ ਵੀ ਵੀਡੀਓ ਕਈ ਵਾਰ ਸਿੱਪੀ ਸਾਹਿਬ ਨੂੰ ਦਿੱਤੀ? ਹਾਂਜੀ, ਮੈਂ ਅੰਮ੍ਰਿਤਸਰ ਤੋਂ ਅਰੁਣ ਕੁਮਾਰ ਫਾਸਟ ਵੇ ਦਾ ਮੈਨੇਜਰ ਗੱਲ ਕਰ ਰਿਹਾ ਜੀ। ਅਸੀਂ ਸਰਕਾਰ ਦੇ ਵਿਰੁੱਧ ਧਰਨਾ ਦੇ ਰਹੇ ਹਾਂ ਕਿਉਂਕਿ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰ ਦੇ ਵੱਲੋਂ ਉਲਟੇ ਸਾਡੇ ਡਿਸਟ੍ਰੀਬਿਊਟਰਾਂ ਦੇ ਉੱਪਰ, ਸਾਡੇ ਕਰਮਚਾਰੀਆਂ ਦੇ ਉੱਪਰ ਤੇ ਸਾਡੇ ਉੱਪਰ ਓਪਰੇਟਰਾਂ ਦੇ ਉੱਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹੈ, ਜਦਕਿ ਅਸੀਂ ਵਾਈਬ੍ਰੈਂਟ ਪੰਜਾਬ ਵੱਲੋਂ ਕੱਟੀਆਂ ਜਾ ਰਹੀਆਂ ਤਾਰਾਂ ਤੇ ਸਮਾਂ ਚੋਰੀ ਹੋਣ ਦੇ ਸਾਰੀ ਵੀਡੀਓ ਪੁਲਿਸ ਨੂੰ ਦੇ ਚੁੱਕੇ ਹੋਏ, ਸੀਪੀ ਸਾਹਿਬ ਨੂੰ ਦੇ ਚੁੱਕੇ ਹੋਏ ਹੈ, ਅਸੀਂ ਮੀਟਿੰਗਾਂ ਕਰ ਚੁੱਕੇ ਹੋਏ ਹਾਂ, ਪਰ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ। ਇੱਥੋਂ ਤੱਕ ਕਿ ਜਿਹੜੇ ਬੰਦਿਆਂ ਦੇ ਉੱਪਰ ਪਰਚੇ ਦਿੱਤੇ, ਉਹੀ ਬੰਦੇ ਸਾਡੇ ਦੇ ਪਰਚੇ ਦੇ ਰਹੇ ਝੂਠੇ। ਇਹ ਅੱਜ ਦੀ ਮਤਲਬ ਸਰਕਾਰ ਦੀ ਨਾਕਾਮੀ, ਨਾਕਾਮਯਾਬੀ ਹੈਗੀ ਹੈ। ਸੀਟੀਵੀ ਤੁਸੀਂ ਦਿੱਤੀਆਂ ਜੀ, ਇਹ ਦੇਖੋ ਸਾਰੇ ਬੰਦੇ ਜਿਹੜੇ ਕਿ ਆਪਣੀ ਕਟਿੰਗ ਕਰ ਰਹੇ ਹੈ, ਇਹ ਅਸੀਂ ਵੀਡੀਓ ਦੇ ਵਿੱਚ ਦਿਖਾਏ ਹੈ। ਇਹ ਵਾਈਬ੍ਰੈਂਟ ਪੰਜਾਬ ਦੇ ਜਿਹੜੇ ਕਰਮਚਾਰੀ ਹੈਗੇ, ਬਾਈ ਨੇਮ ਇਹਨਾਂ ਦੇ ਪਰਚੇ ਦਿੱਤੇ ਹੈ, ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਕਰਦੇ ਸਰਕਾਰ ਕੋਲ, ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਰਕਾਰ ਜਿਹੜੀ ਕੇਬਲ ਐਸੋਸੀਏਸ਼ਨ ਕੇਬਲ ਦੇ ਵਿੱਚ ਆਪਣੀ ਇੰਟਰਫੇਰੈਂਸ ਬੰਦ ਕਰੇ ਔਰ ਸਾਨੂੰ ਸ਼ਾਂਤੀ ਅਮਨ ਦੇ ਨਾਲ ਕੰਮ ਕਰਨ ਦੇ, ਪੂਰੇ ਸਾਰੇ ਕੇਬਲ ਓਪਰੇਟਰਾਂ ਨੂੰ ਆਜ਼ਾਦੀ ਆ, ਕਿਤੇ ਵੀ ਕੰਮ ਕਰ ਸਕਦਾ। ਅੰਮ੍ਰਿਤਸਰ ਚ ਅਪਰੋਕਸ ਕੋਈ 300 ਕੇਬਲ ਓਪਰੇਟਰ ਕੇਬਲ ਦਾ ਕੰਮ ਕਰ ਰਿਹਾ, ਨਾਲ ਬ੍ਰੋਡਬੈਂਡ ਦਾ ਕੰਮ ਕਰਦਾ ਪਿਆ। ਇਸ ਵਿੱਚ ਜੇ ਮਲਟੀਪਲਾਈ ਕੀਤਾ ਜਾਵੇ ਤਾਂ ਵਰਕਰ ਵੀ ਥੱਲੇ ਕਿੰਨੇ? ਵਰਕਰ ਮਿਲਾ ਕੇ ਤੁਸੀਂ ਦੇਖੋ ਤੇ 5000 ਪਰਿਵਾਰਾਂ ਨੂੰ ਇੱਥੇ ਰੋਜ਼ਗਾਰ ਮਿਲ ਰਿਹਾ ਸਿਰਫ ਅੰਮ੍ਰਿਤਸਰ 'ਚ। ਅੱਜ ਧਰਨਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ, ਵੱਡੀ ਗਿਣਤੀ ਦੇ ਵਿੱਚ ਕੇਵਲ ਓਪਰੇਟਰ ਇਕੱਠੇ ਹੋਏ ਨੇ, ਨਾਲ ਵਰਕਰ ਇਕੱਠੇ ਹੋਏ ਨੇ। ਕਿਹਾ ਜਾ ਰਿਹਾ ਕਿ ਸਾਡੀ ਰੋਜ਼ੀ ਰੋਟੀ ਖੋਈ ਜਾ ਰਹੀ ਆ। ਇਹ ਦੇ ਸਕਦੇ ਹੋ ਕਿ ਜਿਹੜੇ ਪ੍ਰਸ਼ਾਸਨ ਨੂੰ ਇਹ CCTV ਵੀ ਦਿੱਤੀਆਂ ਹੋਈਆਂ ਨੇ, ਪਰ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਵੱਲੋਂ ਕੇਵਲ ਓਪਰੇਟਰਾਂ ਦੇ ਉੱਪਰ ਹੀ ਜਿਹੜੇ ਕਿ ਉਲਟੇ ਪਰਚੇ ਕਰ ਦਿੱਤੇ ਗਏ ਨੇ। ਅੱਜ ਰੋਜ਼ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਕਚਹਿਰੀ ਚੌਂਕ ਦੇ ਵਿੱਚ, ਦੂਜੇ ਪਾਸੇ ਕੇਵਲ ਓਪਰੇਟਰਾਂ ਦੇ ਵੱਲੋਂ ਤਪਦੀ ਗਰਮੀ ਦੇ ਵਿੱਚ ਬੈਠੇ ਹੋਏ ਨੇ, ਕਿਉਂਕਿ ਸਵਾਲ ਹੈ ਕਿ ਰੋਜ਼ੀ ਰੋਟੀ ਦਾ। ਅਤੇ ਅੱਜ ਤੰਗ ਪਰੇਸ਼ਾਨ ਹੋ ਕੇ ਇਹ ਕੇਵਲ ਓਪਰੇਟਰ ਸੜਕਾਂ ਦੇ ਉੱਤਰ ਚੁੱਕੇ ਨੇ। ਜਿਹੜੇ ਮੁਲਾਜ਼ਮ ਨੇ, ਨੌਜਵਾਨ ਨੇ ਜਿਹੜੇ ਨੌਕਰੀ ਕਰਦੇ ਨੇ, ਉਹ ਜਿਹੜੇ ਧੱਕੇਸ਼ਾਹੀ ਜਿਹੜੀ ਆ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਜਿਹੜੀ ਨਾ ਕੀਤੀ ਜਾਵੇ। ਇਹ ਤਸਵੀਰਾਂ ਨੇ ਕਚਹਿਰੀ ਚੌਂਕ ਦੀਆਂ, ਜਿੱਥੇ ਅੱਜ ਕਚਹਿਰੀ ਚੌਂਕ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ। ਜਿੰਨੇ ਮੁਲਾਜ਼ਮ ਨੇ ਪ੍ਲੱਸ ਜਾਂ ਫਸਟ ਵੇ ਦੇ, ਉਹ ਦਫ਼ਤਰਾਂ ਤੋਂ ਬਾਹਰ ਨਿਕਲ ਕੇ ਅੱਜ ਆਪਣੀ ਰੋਜ਼ੀ ਰੋਟੀ ਬਚਾਉਣ ਵਾਸਤੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ। ਅਤੇ ਇਹ ਤਸਵੀਰਾਂ ਕਚਹਿਰੀ ਚੌਂਕ ਦੀਆਂ, ਕਿਉਂਕਿ ਪ੍ਰਸ਼ਾਸਨ ਨੂੰ CCTV ਵੀ ਦਿੱਤੀਆਂ ਹੋਈਆਂ ਨੇ ਫਸਟ ਵੇ ਵੱਲੋਂ, ਪਰ ਉਸਦੇ ਬਾਵਜੂਦ ਵੀ ਉਲਟੇ ਪਰਚੇ ਜਿਹੜੇ ਕਿ ਇਹਨਾਂ ਦੇ ਉੱਪਰ ਕਰ ਦਿੱਤੇ ਗਏ ਹੋਏ ਨੇ। ਅਤੇ ਨੌਜਵਾਨ ਵੀ ਇੱਥੇ ਪਹੁੰਚੇ ਹੋਏ ਨੇ। ਸਵਾਲ ਹੁਣ ਇਹ ਆ ਕਿ ਪ੍ਰਸ਼ਾਸਨ ਕੋਈ ਮੰਗ ਕਰ ਰਹੇ ਨੇ ਕਿ ਜੋ ਸਹੀ ਪਰਚਾ ਉਹ ਕੀਤਾ ਜਾਵੇ, ਜੇ ਸਾਡੀ ਜਿਹੜੀ ਸਾਡੀ ਰੋਜ਼ੀ ਰੋਟੀ ਖੋਈ ਜਾ ਰਹੀ ਆ, ਜਿਨ੍ਹਾਂ ਦੇ ਵੱਲੋਂ ਖੋਈ ਜਾ ਰਹੀ, ਉਹਨਾਂ ਦੇ ਉੱਪਰ ਸਗੋਂ ਪਰਚੇ ਹੋਣੇ ਸਾਰੇ ਸਾਡੇ ਉੱਤੇ ਉਲਟੇ ਪਰਚੇ ਜਿਹੜੇ ਕੀਤੇ ਜਾ ਰਹੇ ਨੇ। ਪਰ ਅੱਜ ਅੰਮ੍ਰਿਤਸਰ ਦੇ ਵਿੱਚ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਕੇਵਲ ਓਪਰੇਟਰਾਂ ਦੇ ਨੈੱਟ ਪਲੱਸ ਦੇ ਮੁਲਾਜ਼ਮਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ, ਰੋਡਾਂ ਦੇ ਉੱਪਰ ਨਿਕਲ ਕੇ ਇਨਸਾਫ ਦੀ ਜਿਹੜੀ ਮੰਗ ਕੀਤੀ ਜਾ ਰਹੀ ਆ। ਕੈਮਰਾਮੈਨ ਮਨੋਜ ਦੇ ਨਾਮ ਮਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।